ਨਾ ਸਿਸ ਤਰ੍ਹਾਂ ਮੱਝ ਦਾ ਕਦੋਂ ਪਤਾ ਲੱਗਿਆ ਫਿਰ ਵੀ ਐਂ ਹੋਊਗੀ? ਮੱਝ ਤਾਂ ਸਾਨੂੰ ਤਾਂ ਬਾਹਲੇ ਦਿਨਾਂ ਦਾ ਪਤਾ ਨਹੀਂ ਪੈਣਾ। ਹਾਂ ਮੱਝ ਨੂੰ ਤਾਂ ਘੱਟੋ ਘੱਟ ਸਾਨੂੰ ਜਾਣੀ ਮੱਝ ਨੂੰ ਤਾਂ ਜਾਣੀ ਐਂ ਸੀ ਪਹਿਲਾਂ ਮੱਝ ਠੀਕ ਵਧੀਆ ਠੀਕ ਸੀਗੀ ਪੂਰੀ ਵਧੀਆ ਠੀਕ ਲੱਗੀ ਸਾਨੂੰ ਵੀ ਠੀਕ ਆ ਮੱਝ ਤੇ ਸਾਨੂੰ ਐਂ ਪਤਾ ਹੁੰਦਾ ਵੀ ਮੱਝ ਐਂ ਹੋਜੂ ਇਹ ਅਸੀਂ ਮੱਝ ਉਹਦੀ ਵੇਚ ਦਿੰਦੇ ਚੱਕ ਲੈਂਦੇ ਝੋਕਾ ਕਾਢ ਦਿੰਦੇ ਜਿਹੜੀ 40-45 ਹਜ਼ਾਰ ਦੀ ਵਿਕਦੀ ਦੀ ਵੇਚ ਕੇ ਪਰੇ ਕਰਦੇ ਨਹੀਂ ਪੂਰੀ ਫਿਰ ਅੱਜ ਹੋਈ ਆ ਹੈ ਹਾਂ ਅੱਛਾ ਫਿਰ ਚਕਾਈ ਆ ਕੀ ਕਰਿਆ ਹੁਣ ਤੂੰ ਮੱਝ ਚਕਾਈ ਆ ਫਿਰ ਚਕਾਈ ਤਾਂ ਨਹੀਂ ਜਦੋਂ ਮੈਨੂੰ ਪੁੱਛਿਆ ਮੇਰੇ ਸਾਰਿਆਂ ਨੇ ਹਾਂ ਉਹਨੂੰ ਜਿਹੜਾ ਪੋਸ ਲਾਉਂਦੇ ਨੇ ਹਾਂ ਉਹ ਮੇਰੇ ਸ਼ਾਲਾ ਕਹਿੰਦਾ ਫਿਰ ਇੱਥੇ ਰੁਪਈਆ 1200 ਲੈਣਗੇ ਮੈਂ ਦੀ ਭੈਣ ਕੱਢਣੀ ਹੈ 1200 ਲੈਣਗੇ ਫਿਰ ਅਸੀਂ ਲਿਆਦਾ ਰੇੜਾ ਰੇੜੇ ਤੇ ਚਾਰ ਬੰਦੇ ਉੱਥੋਂ ਸੱਦੇ ਚੱਕ ਕੇ ਰੇੜੇ ਦੇ ਉੱਤੇ ਮਾਰੀ ਅਸੀਂ ਚੱਕ ਕੇ ਰੇੜੇ ਤੇ ਉੱਥੇ ਛੱਡਿਆ ਏ ਬਸ ਉੱਥੇ ਹੱਡਾ ਹੱਡਾ ਰੂੜੀ ਚ ਉਹਨੇ ਮਗਰੋਂ ਮੇਰੇ ਸਾਲੇ ਨੇ ਫੋਨ ਕਰਤਾ ਉਹਨੂੰ ਪਏ ਨਹੀਂ ਮੱਝੇ ਤੇ ਵੀ ਉਹ ਆਏ ਸੀ ਕਰਦੇ ਵੀ ਉਹ ਵੀ ਪੋਸ ਲਾ ਲਓ ਉਹ ਪੋਸ ਲਾ ਕੇ ਲੈ ਗਏ ਮੇਰੇ ਸਾਲੇ ਅੱਛਾ ਹੱਡਾ ਰੂੜੀ ਚੋ ਨਹੀਂ ਵੀ ਉਹ ਚੱਕਣ ਦੇ ਨਾਲੇ ਪੈਸੇ ਲੈਂਦੇ ਹਾਂ ਚੱਕਣ ਦੇ ਪੈਸੇ ਲੈਂਦੇ ਮੇਰੇ ਸਾਲੇ ਅੜਕੇ ਲੈਂਦੇ ਨੇ ਪੈਸੇ ਅੜਕੇ ਲੈਣੇ ਆ ਉਹ ਵੀ ਮੱਝ ਚੱਕਾਂਗੇ ਭੈਣ ਦੀ ਲੰਨਵਾ ਹੁੰਦੀ ਦੀ ਚੱਲ ਤੁਸੀਂ ਐਂ ਦਾ ਦੇਖੋ ਵੀ ਕੋਈ ਗਰੀਬ ਬੰਦਾ ਹੈਗਾ ਹਾਂ ਚੱਲ ਤੁਸੀਂ ਜਿਹਨੇ ਤਕੜਾ ਬੰਦਾ ਉਹ ਤਾਂ ਤੁਸੀਂ ਲੈ ਲਓ ਹੋਰ ਇੱਕ ਤਾਂ ਪਸ਼ੂ ਮਰ ਗਿਆ 2-400 ਹੈ 2-400 ਤਾਂ ਚੱਲ ਤੁਸੀਂ ਲੈ ਲਓ ਅਗਲੇ ਭੈਣ ਦੇ ਅਗਲੇ ਦਾ ਡੰਗਰ ਨੁਕਸਾਨ ਹੋ ਗਿਆ ਡਾਵਰ ਨੁਕਸਾਨ ਹੋ ਗਿਆ ਉਹੀ ਤਾਂ ਗੱਲ ਹੈ ਭੈਣ ਨੂੰ 1200-1300 ਤੋਂ ਤੁਸੀਂ ਠੋਕਰ ਲਾਉਂਦੇ ਹੋਗੇ ਫਿਰ ਹੱਡਾ ਰੋੜੀ ਉਹ ਜਿਹੜੀ ਇੱਥੇ ਉਹ ਨਾਲ ਹੀ ਆ ਹਾਂ ਹਾਂ ਸਿਵਾ ਦੇ ਲਵੀ ਠੀਕ ਆ ਸਾਡੇ ਵਾਲੇ ਸਿਵਾ ਦੇ ਨਾਲ ਹੀ ਆ ਉਹ ਹੁਣ ਕਾਇ ਪਸ਼ੂ ਰਹਿ ਗਏ ਤੇਰੇ ਕੋਲੇ ਮੇਰੇ ਕੋਲੇ ਦੋ ਨੇ ਇੱਕ ਕੱਟੀ ਆ ਬਸ ਐਡੀ ਕੁ ਕੱਟੀ ਆ ਕੱਟੀ ਮੇਰੇ ਸਾਲੇ ਦੀ ਜੇ ਤੂੰ ਪਰ ਦੇਖਦਾ ਤੂੰ ਕਹਿੰਦਾ ਵੀ ਇਹ ਕੱਟੀ 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 3 ਸਾਲ ਦੀ ਆ ਫਿਰ ਤਾਂ ਜੇ ਤੂੰ ਹੁਣ ਦੇਖੇ ਤਾਂ ਐਂ ਹੋ ਐਂ ਹੋ ਗਈ ਸੁੱਕ ਗਈ ਸੁੱਕੀ ਕਾਹ ਦੇ ਕਾਰਨ ਜਿਹੜੀ ਉਹ ਚੀਜ਼ ਖਵਾਤੀ ਉਹਨੇ ਅੰਦਰੋਂ ਜਣੀ ਅੰਦਰੋਂ ਜਿਹੜੇ ਮੈਦੇ ਹੁੰਦੇ ਨੇ ਇਹਦੇ ਉਹਦੇ 3-4 ਤਾਹਾਂ ਹੁੰਦੀਆਂ ਨੇ ਮੈਦੇ ਦੀਆਂ ਕੱਖਾਂ ਵਾਲੇ ਦੀਆਂ ਕੱਖਾਂ ਵਾਲੇ ਤਹੇ ਤਾਹਾਂ ਹੁੰਦੀਆਂ ਨੇ ਉਹਦੇ 3-4 ਤਾਹਾਂ ਐਂ ਹੁੰਦੀਆਂ ਨੇ ਡੋਡੀ ਪੇਟੀਆਂ ਉਹਨੇ ਕੁਛ ਕਰਾਤਾ ਕੁਛ ਹਾਂ ਕੰਚ ਪਾਤਾ ਕੁੱਟ ਕੇ ਐਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਘਰੇ ਵੀ ਕਿਵੇਂ ਪਾ ਜਾਂਦਾ ਕੋਈ75,000 ਦੀ ਮੈਸ ਵਿਕਦੀ ਇੱਥੇ ਰਾਜੀ ਮੈਸ ਦੀ ਆਹੋ ਦੱਸ ਉਹ ਮੈਨੂੰ ਕਹਿੰਦਾ 75,000 ਦਵਾ ਦੇਣਾ ਮਹਾ ਯਾਰ 75 ਦੀ ਤਾਂ ਨੀ ਮਹਾ ਮੈਂ ਤਾਂ ਹੁਣ ਮਹਾ ਯਾਰ ਛੱਡ ਪਰੇ ਯਾਰ ਮੈਂ ਤਾਂ ਵੇਚਦਾ ਨੀ ਮਹਾ ਦੁੱਧ ਪੀ ਮੰਗਿਆ ਸਾਡੀ ਮੈਂ ਸਮਾਂ ਦੂਜੀ ਜਿਹੜੀ ਆ ਮਰ ਗਈ ਅੱਜ ਮੈਂ ਕਿਹਾ ਇਹ ਤੋਕੜ ਆ ਗਈ ਇਹਦੇ ਨੀ ਪਤਾ ਕਦੋਂ ਹਟ ਜੇ ਦੁੱਧ ਉਹ ਮੈਂ ਮੱਝ ਪਰ ਮਰ ਗਈ ਇਹ ਸਾਰੀਆਂ ਨੂੰ ਹੀ ਪਤਾ ਜੇ ਹੁਣ ਕਹਿ ਦਿਆਂ ਵੀ ਉਹ ਮੱਛਾਂ ਨੇ ਜਿਹੜੀਆਂ ਮੇਰੀਆਂ ਵੀ ਉਹ ਹੁਣ ਵੀ ਬਚ ਜਾਣਗੀਆਂ ਉਹ ਬਚਦੀਆਂ ਨੀ ਹੈਗੀਆਂ ਮਾੜੀ ਗੱਲ ਆ ਯਾਰ ਬਚਦੀਆਂ ਨਹੀਂ ਹੈਗੀਆਂ ਉਹ ਗੱਡੀ ਚੜ੍ਹ ਦਿੰਦੀਆਂ ਕਿਉਂ ਖਾ ਗਈਆਂ ਸਮਾਨ ਉਹ ਹੁਣ ਸਾਰੀਆਂ ਦੇ ਮੂਹਰੇ ਪਾਤਾ ਇੱਟਾਂ ਤਾਂ ਪਹਿਲਾਂ ਵੀ ਇੱਕ
ਉਹ ਇੱਕ ਮੈਂ ਇਸ ਦੇ ਮੂਹਰੇ ਜ਼ਿਆਦੇ ਪੈ ਗਿਆ, ਉਹ ਵੱਧ ਖਾ ਗਈ, ਵੱਧ ਖਾ ਗਈ, ਇਹਨਾਂ ਦਾ ਥੋੜਾ ਖਾਧਾ ਬੱਤੀ ਚਾਰਿਆ ਦਾ ਪਰਦਾ ਹੈ। ਅੱਛਾ ਹਾਂ, ਇੱਕੀ ਦਾ ਨੀ ਪਰਦਾ ਚਾਰਿਆ ਗਿਆ, ਇਹ ਜਿਹੜਾ ਸਮਾਨ ਹੈ ਇਹ ਜਾਂ ਤਾਂ ਮੁਰਗੇ ਦੇ ਮੁਰਗੇ ਦੇ ਉਹਨਾਂ ਦੇ ਹਜਮ ਆਊਗਾ, ਕੁੱਤੇ ਨੂੰ ਪਾ ਦੀ ਉਹ ਵੀ ਰਗੜਿਆ ਜਾਊਗਾ, ਬੰਦੇ ਨੂੰ ਪਾ ਦੀ ਉਹ ਵੀ ਰਗੜਿਆ ਜਾਊਗਾ, ਡੰਗਰ ਨੂੰ ਪਾ ਦੀ ਉਹ ਵੀ ਰਗੜਿਆ ਜਾਊ। ਹੌਲੀ ਹੌਲੀ ਅਸਰ ਕਰਦਾ ਬੰਦਾ।